ਅਸੀਂ ਇਸ ਵੇਲੇ ਬਠਿੰਡਾ ਦੀ ਅਨਾਜ ਮੰਡੀ ਦੇ ਵਿੱਚ ਹਾਂ ਅਤੇ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਦੇ ਹਾਲਾਤ ਕੀ ਨੇ, ਲਿਫਟਿੰਗ ਦੇ ਪ੍ਰਬੰਧ ਕੀ ਹੈ ਅਤੇ ਕਿਸਾਨ ਸਿਆਸਤ ਨੂੰ ਕਿਵੇਂ ਦੇਖਦਾ, ਕਿਉਂਕਿ ਚੋਣਾਂ ਦਾ ਮੌਸਮ ਹੈ ਔਰ ਲੀਡਰ ਨੇ ਜਿਹੜੇ ਪਿੰਡਾਂ ਦੇ ਗੇੜੇ ਮਾਰਦੇ ਨੇ। ਆਪਾਂ ਗੱਲਬਾਤ ਕਿਸਾਨਾਂ ਦੇ ਨਾਲ ਕਰਦੇ ਹਾਂ। ਬਾਬੂ ਜੀ, ਕੀ ਹਾਲ ਚਾਲ ਨੇ? ਠੀਕ ਹੈ ਜੀ। ਕਿੰਨੇ ਦਿਨ ਹੋ ਗਏ ਕਣਕ ਲੈ ਕੇ ਆਏ ਨੂੰ ਔਰ ਮੰਡੀ ਦੇ ਹਾਲਾਤ ਕੀ ਨੇ? ਲੈ ਕੇ ਤਾਂ ਕਣਕ ਅੱਜ ਹੀ ਆਏ ਹਾਂ ਜੀ, ਪਰ ਮੰਡੀ ਦੇ ਹਾਲਾਤ ਆ ਤੁਹਾਡੇ ਸਾਹਮਣੇ, ਲਿਫਟਿੰਗ ਨਹੀਂ ਹੋ ਰਹੀ, ਇਹਦੀ ਬਹੁਤ ਕਣਕਾਂ ਹੁਣ ਸੜਕਾਂ 'ਤੇ ਲਾਈ ਜਾਂਦੇ ਹਾਂ ਵੀ ਲਿਫਟਿੰਗ ਦਾ ਸਰਕਾਰ ਨੂੰ ਚਾਹੀਦਾ। ਵੋਟਾਂ 'ਤੇ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਕਦੇ ਗੁਜਰਾਤ ਕਦੇ ਆਸਾਮ ਕਦੇ ਕਿਤੇ, ਉਹ ਇੱਧਰ ਧਿਆਨ ਮਾਰਨ ਲਿਫਟਿੰਗ ਵਗੈਰਾ ਕਰਾਉਣ ਵੀ ਇਹਨਾਂ ਗੱਲਾਂ ਦਾ। ਫਿਰ ਚੋਰੀ ਬਹੁਤ ਜ਼ਿਆਦਾ ਹੈ ਜੀ, ਜਿਹੜੇ ਚੋਰ ਆਉਂਦੇ ਆ ਮੋਟਰਸਾਈਕਲ 'ਤੇ ਗੱਟਾ ਰੱਖ ਕੇ, ਕਣਕ ਦੇ ਗੱਟੇ ਚੱਕ ਕੇ ਲੈ ਜਾਂਦੇ ਨੇ ਚੋਰ ਇਹ? ਹਾਂ, ਚੋਰ ਗੱਟੇ ਚੱਕ ਕੇ ਲੈ ਜਾਂਦੇ ਆ, ਜੇ ਰੋਕਦੇ ਆ ਤਾਂ ਕਹਿ ਦਿੰਦੇ ਆ ਪੁਲਿਸ ਸਾਡਾ ਕੀ ਕਰਦੀ। ਅੱਛਾ, ਸਿਆਸਤ ਦਾ ਕੀ ਮਾਹੌਲ ਹੈ ਪਿੰਡਾਂ ਦੇ ਵਿੱਚ, ਲੀਡਰ ਗੇੜੇ ਮਾਰਦੇ ਹੋਣਗੇ, ਸਿਆਸਤ ਨੂੰ ਕਿਵੇਂ ਦੇਖਦੇ ਹੋ? ਇੰਨੀ ਤੁਹਾਡੀ ਉਮਰ ਹੋ ਗਈ ਹੈਗੀ ਸਿਆਸਤ ਨੂੰ ਤਾਂ, ਬਸ ਹੁਣ ਲੋਕਾਂ ਦੀ ਕੋਈ ਪੀੜ੍ਹੀ ਨਹੀਂ ਚੱਲਦੀ, ਵੋਟ ਤਾਂ ਪਾਉਣੀ ਪੈਂਦੀ ਹੈ ਜੀ, ਪਰ ਦੁਖੀ ਬਹੁਤ ਆ ਲੋਕ ਸਿਆਸਤ ਤੋਂ, ਕਿਉਂਕਿ ਕਿਸੇ ਕੋਲ ਕੁਛ ਨਹੀਂ ਜੀ, ਇਕੱਲੇ ਲਾਰੇ ਲੱਪੇ ਗੱਪ। ਮਾਹੌਲ ਕੀ ਲੱਗਦਾ ਬਾਪੂ ਪਿੰਡਾਂ 'ਚ, ਮਾਹੌਲ ਕੀ ਹੈ, ਕਿਹੜਾ ਲੀਡਰ ਅੱਗੇ ਜਾ ਰਿਹਾ, ਕੀ ਲੱਗ ਰਿਹਾ ਪਿੰਡਾਂ 'ਚ? ਦੇਖੋ ਜੀ, ਬੀਜੇਪੀ ਤਾਂ ਬਿਲਕੁਲ ਆ ਹੋਇਆ ਹੈ, ਗਰਾਊਂਡ ਜ਼ੀਰੋ 'ਤੇ ਜੱਟ ਦੀ ਬੰਦੀ ਨਹੀਂ ਬੀਜੇਪੀ ਨਾਲ। ਹਾਂ, ਬੀਜੇਪੀ ਤਾਂ ਗਰਾਊਂਡ ਜ਼ੀਰੋ 'ਤੇ ਹੈ, ਇਹਨਾਂ ਨੇ ਬਹੁਤ ਭੈੜੀ ਕਰੀ ਆ ਕਿਸਾਨਾਂ ਨਾਲ, ਅਤੇ ਬਾਕੀ ਦੂਜਾ ਸਿਰੇ ਜ਼ਿਆਦਾ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ। ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਕੀ ਹਾਲ ਚਾਲ ਨੇ? ਵਧੀਆ ਜੀ। ਕਿਹੜਾ ਪਿੰਡ ਹੈ? ਪਿੰਡ ਗੁਲਾਬਗੜ੍ਹ ਜੀ। ਅੱਛਾ, ਮੰਡੀ 'ਚ ਆਏ ਹੋ, ਹਾਲਾਤ ਕੀ ਨੇ ਮੰਡੀ ਦੇ? ਪਹਿਲਾਂ ਜ਼ਿਮੀਦਾਰ ਦੇ ਕੀ ਹਾਲਾਤ ਨੇ, ਲਿਫਟਿੰਗ ਲੁਫਟਿੰਗ ਹੋ ਰਹੀ ਹੈ? ਮਾੜੇ ਹਾਲਾਤ ਜੀ, ਲਿਫਟਿੰਗ ਕਿੱਥੇ ਹੋ ਰਹੀ ਆ, ਗੱਟੇ ਵੇਖੋ ਢੇਰ ਲੱਗਿਆ ਪਿਆ, ਕਿਹੜੀਆਂ ਲਿਫਟਾਂ ਹੁੰਦੀਆਂ, ਕਿੱਥੇ ਗੱਟੇ ਨਾਲ ਦੇ ਨਾਲ ਚੱਕੇ ਜਾਣ, ਸਾਨੂੰ ਲਾਉਣ ਨੂੰ ਥਾਂ ਨਹੀਂ ਮਿਲਦਾ ਇੱਥੇ। ਮੈਂ ਮੰਡੀ 'ਚ ਘੱਟੋ ਘੱਟ 10 ਗੇੜੇ ਲਾਏ ਆ, ਲਾਉਣ ਨੂੰ ਥਾਂ ਨਹੀਂ, 4-4 ਘੰਟੇ ਮੰਡੀ 'ਚ ਖੜੇ ਰਹਿੰਦੇ ਆ, ਲਾਉਣ ਹੋਣਗੀਆਂ ਟਰਾਲੀਆਂ। ਅੱਛਾ, ਸਿਆਸਤ ਦਾ ਮੌਸਮ ਆ ਗਿਆ, ਲੀਡਰ ਗੇੜੇ ਮਾਰਦੇ ਨੇ, ਲੋਕ ਸਭਾ ਦੀਆਂ ਚੋਣਾਂ ਨੇ, ਜ਼ਿਮੀਦਾਰ ਕਿਵੇਂ ਦੇਖਦਾ ਵੋਟਾਂ ਨੂੰ? ਜ਼ਿਮੀਦਾਰ ਤਾਂ ਜੀ ਕੀ ਦੇਖੂ ਵੋਟਾਂ ਨੂੰ, ਹੁਣ ਜਿਹੜੀ ਮੰਨ ਲਓ ਵੀ ਆਪਾਂ ਨੂੰ ਆਮ ਹੀ ਲੋਕਾਂ ਨੂੰ ਪਤਾ ਵੀ ਦਿੱਲੀ ਧਰਨੇ ਲੱਗੇ ਪਏ ਆ, ਬੁਰਾ ਹਾਲ ਹੈ, ਠੀਕ ਹੈ ਜੀ। ਹੁਣ ਜਿਹੜਾ ਕੋਈ ਦਿੱਲੀ ਦੇ ਵਿੱਚ ਜਾਂਦਾ ਹੈਗਾ, ਉਹਨਾਂ ਚੀਜ਼ਾਂ ਦਾ ਉਹਨਾਂ ਨੂੰ ਪਤਾ, ਕਿਸਾਨ ਦਾ ਤਾਂ ਬੁਰਾ ਹਾਲ ਹੈ ਜੀ, ਕਿਹੜੇ ਕਿਸਾਨਾਂ ਦੇ ਕੋਈ ਪ੍ਰਬੰਧ ਨਹੀਂ, ਨਾ ਮੰਡੀ 'ਚ ਪ੍ਰਬੰਧ ਹੈ ਕੋਈ, ਨਾ ਕੋਈ ਬਿਜਲੀ ਲਾਈਟ ਦਾ ਪ੍ਰਬੰਧ ਹੈ ਜੀ। ਕੀ ਲੱਗ ਰਹੀ ਹੈ ਪੰਜਾਬ ਦੇ ਵਿੱਚ, ਹਵਾ ਕੀ ਹੈ, ਮਾਹੌਲ ਕੀ ਲੱਗ ਰਿਹਾ, ਕਿਹੜੀ ਪਾਰਟੀ ਅੱਗੇ ਜਾ ਰਹੀ ਹੈ? ਬਠਿੰਡਾ ਦੀ ਗੱਲ ਕਰਦਾ, ਬਠਿੰਡਾ ਦੀ ਗੱਲ ਕਰਦਾ ਜੀ, ਮੇਰੇ ਅੰਦਾਜ਼ ਨਾਲ ਤਾਂ ਦੁਬਾਰੇ ਕਾਂਗਰਸ ਦੁਬਾਰੇ ਫਿਰ ਆ ਸਕਦੀ ਹੈ, ਜਿਵੇਂ ਪਹਿਲਾਂ ਸੀ, ਜਿਵੇਂ ਮਨਮੋਹਨ ਸਿੰਘ ਦਾ ਰਾਜ ਸੀ, ਚੰਗਾ ਸੀ ਸਾਡੇ, ਮੈਨੂੰ ਲੱਗਿਆ ਇਦੂ, ਅਤੇ ਇਹ ਪਾਰਟੀ ਤਾਂ ਇੱਕ ਇਕੱਲੇ ਗੱਪ ਗੁੱਪ ਮਾਰ ਕੇ ਆ ਗਈ ਵੀ ਅਸੀਂ ਬੀਬੀਆਂ ਨੂੰ 1000 ਰੁਪਇਆ ਦੇਵਾਂਗੇ ਜੀ, ਫਲਾਨਾ ਅਸੀਂ ਨੌਕਰੀ ਘਰ ਘਰ ਕਰ ਦਾਂਗੇ ਜੀ, ਮੇਰੇ ਆਪਦੇ ਉਹ ਬੈਠਿਆ ਪਲੱਸ ਟੂ ਕਰੇ ਮੁੰਡੇ, ਹਜੇ ਤੱਕ ਰਿਕ ਨਹੀਂ ਲੱਗਿਆ। ਕਿਸਾਨ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ, ਕਿਸਾਨ ਕੀ ਸੋਕਦੇ ਨੇ, ਲੇਬਰ ਕੀ ਸੋਕਦੀ ਹੈ? ਬਾਈ ਜੀ, ਕੀ ਹਾਲ ਚਾਲ ਨੇ, ਕਿਆ ਹਾਲ ਚਾਲ ਆਪਣਾ ਜੀ? ਕਿਆ ਮਾਹੌਲ ਹੈ ਮੰਡੀ ਮੇ? ਮੰਡੀ ਕਾ ਮਾਹੌਲ ਬਹੁਤ ਖਰਾਬ ਹੈ ਜੀ, ਯਹਾਂ ਰੋਜ਼ ਗੱਟਾ ਚੋਰੀ ਹੋਤਾ ਹੈ, ਅਸੀਂ ਕਾਮ ਕਰਕੇ ਰਾਤ ਕੋ ਸੋ ਜਾਤੇ ਥੱਕ ਥੱਕ ਕੇ। ਦਿੱਕਤ ਕਿਤਨੀ ਆ ਰਹੀ ਹੈ ਮਜ਼ਦੂਰ ਕੋ? ਬਹੁਤ ਦਿੱਕਤ ਹੈ ਜੀ। ਚੋਣ ਕਾ ਮਾਹੌਲ ਚੱਲ ਰਿਹਾ, ਲੀਡਰ ਆਤੇ ਹੋਗੇ ਮੰਡੀ, ਮੰਡੀ ਮੇ ਵੀ ਆਤੇ ਹੋਗੇ? ਨਾ, ਮੰਡੀ ਮੇ ਗੇਰਾ ਹੀ ਨਹੀਂ ਮਾਰਤਾ ਹੈ ਕੋਈ। ਅੱਛਾ, ਗੇਰਾ ਮਾਰੇ ਤਾਂ ਕੁਛ ਅਸੀਂ ਦੱਸੀਏ, ਇੱਥੇ ਕੋਈ ਨਹੀਂ ਗੇਰਾ ਮਾਰਦਾ, ਨਾ ਕੋਈ ਪੁੱਛਦਾ। ਬਿਲਕੁਲ, ਬਠਿੰਡਾ ਦੀ ਅਨਾਜ ਮੰਡੀ ਆ, ਅਨਾਜ ਮੰਡੀ ਦੇ ਹਾਲਾਤ ਕੀ ਨੇ, ਇਹ ਲੇਬਰ 'ਚ ਕੰਮ ਕਰਨ ਵਾਲੇ ਲੋਕ ਸੀ, ਇਹ ਕੀ ਸੋਚਦੇ ਨੇ, ਗੱਲਬਾਤ ਹੋਰ ਲੋਕਾਂ ਨਾਲ ਕਰਦੇ ਹਾਂ, ਕਿਆ ਹਾਲ ਚਾਲ ਹੈ ਜੀ? ਠੀਕ ਹੈ ਜੀ। ਕੀ ਮਾਹੌਲ ਕੀ ਹੈ ਮੰਡੀ ਦੇ ਵਿੱਚ, ਮੰਡੀ ਦੇ ਕੀ ਹਾਲਾਤ? ਚੋਰੀ ਵਾਲੇ ਬਹੁਤ ਆਉਂਦੇ ਜੀ, ਚੋਰੀ ਵਾਲਿਆਂ ਤੋਂ ਲੇਬਰ ਪੂਰੀ ਤੰਗ ਹੈ ਜੀ, ਬਸ ਇੱਥੇ ਰੋਜ਼ 2-3 ਗੱਟੇ 'ਚ ਲੈ ਜਾਂਦੇ ਆ ਚੱਕੇ, ਆ ਚਾਰ ਖਰੀਦਣ ਵਾਲੇ ਇਹ ਚੱਕੇ ਲੈ ਜਾਂਦੇ, ਕਹਿੰਦੇ ਚਾਰ ਖਰੀਦੇ, ਇਹ ਤਾਂ ਦੱਸੋ ਉਹਨਾਂ ਨੂੰ, ਕਹਿੰਦੇ ਇਹਦਾ ਚਾਰ ਖਰੀਦੇ ਜ਼ਮੀਦਾਰ ਦਾ, ਇਹਨਾਂ ਤੋਂ ਤੁਸੀਂ ਕੀ ਲੈਣਾ? ਵੋਟਾਂ ਆ ਗਈਆਂ, ਹੁਣ ਵੋਟਾਂ ਦਾ ਕੀ ਮਾਹੌਲ ਹੈ, ਤੁਸੀਂ ਕਾਫੀ ਨਾਰਾਜ਼ ਲੱਗੀ ਜਾਂਦੇ, ਮੈਨੂੰ ਵੋਟਾਂ ਦਾ ਮਾਹੌਲ ਕੀ ਆ? ਵੋਟਾਂ ਤਾਂ ਇੱਥੇ ਸੁਖਬੀਰ ਬਾਦਲ ਦੀ ਘਰ ਵਾਲੀ ਜਿੱਤੂਗੀ ਜੀ। ਪੱਕੇ ਅਕਾਲੀ ਲੱਗਦੇ ਹੋ? ਨਹੀਂ, ਪੱਕੇ ਤਾਂ ਹੈ ਨਹੀਂ, ਪਹਿਲੇ ਉਹ ਕਾਂਗਰਸ ਵੱਲ ਸੀ, ਫਿਰ ਆਮ ਆਦਮੀ ਵੱਲ ਹੋ ਗਏ, ਹੁਣ ਕਿ ਉਹਨੂੰ ਦੇਵਾਂਗੇ ਸੀ? ਜਿਵੇਂ ਲੀਡਰ ਦਲ ਬਦਲ ਰਹੇ ਆ, ਵੋਟਰ ਵੀ ਦਲ ਬਦਲ ਰਹੇ ਆ, ਬਦਲਣਾ ਪਊਗਾ ਜੀ, ਕੀ ਕਰੀਏ, ਉਹ ਪਹਿਲੇ ਮਾਹੌਲ ਠੀਕ ਸੀ, ਹੁਣ ਤਾਂ ਜਮਾਂ ਹੀ ਚੋਰੀਆਂ ਹੋਣ ਲੱਗੀਆਂ,
ਇਹ ਭਗਤ ਮਾਨ ਆਏ ਕਿਹੜਾ ਮੁੱਖ ਮੰਤਰੀ ਬਣਿਆ, ਇਹਦੇ ਰਾਜਤੇ ਦਾ ਜਮਾ ਹੀ ਦੁਖੀ ਹੋ ਗਏ। ਉਹ ਜਗਰੂਪ ਗਿੱਲ ਉਹ ਸਭ ਤੋਂ ਘਟੀਆ ਬੰਦਾ ਇੱਥੇ ਲਿਖ ਲਿਆ ਬਠਿੰਡੇ, ਉਹ ਇਸ ਤੋਂ ਵਧੀਆ ਦਾ ਸਾਡਾ ਮਨਪ੍ਰੀਤ ਹੀ ਵਧੀਆ ਸੀ ਕਾਂਗਰਸ ਦਾ ਜੀ। ਹੁਣ ਤਾਂ ਜਮਾਂ ਬੁਰਾ ਹਾਲ ਹੈ ਜੀ, ਫਿਰ ਅਕਾਲੀ ਦਲ ਨੂੰ ਮਨ ਬਣਾ ਲਿਆ ਕਿ ਵੋਟਰ ਨੇ ਮਨ ਬਣਾਉਣਾ ਵੋਟ ਪਾਉਣ ਦਾ, ਅੱਜ ਮਨ ਬਣ ਗਿਆ। ਜਿਹੜਾ ਬੰਦਾ ਚੰਗਾ ਲੱਗੂਗਾ ਉਹਨੂੰ ਵੋਟ ਮਿਲਦੇ ਹੀ ਮਿਲਦੇ ਆ, ਤੁਹਾਨੂੰ ਪਤਾ ਹੀ ਹੈ ਤਾਂ। ਹਾਂ ਹੁਣ ਤਾਂ ਅਕਾਲੀ ਦਲ ਨੂੰ ਦੇਵਾਂਗੇ ਜੀ ਬਸ ਵੋਟ, ਉਹ ਠੀਕ। ਜਿਵੇਂ ਲੀਡਰ ਦਲ ਬਦਲ ਰਹੇ ਆ, ਵੋਟਰ ਹੈ ਉਹ ਕਹਿੰਦੇ ਅਸੀਂ ਵੀ ਮਨ ਬਦਲ ਰਹੇ ਹਾਂ, ਪਹਿਲਾਂ ਹੋਰ ਪਾਰਟੀ ਸੀ ਉਸ ਤੋਂ ਬਾਅਦ ਹੋਰ ਪਾਰਟੀ ਦੇ ਵਿੱਚ ਹੈ। ਕਮਿਸ਼ਨ ਅੰਡ ਖੜਨੇ ਸੇਠ ਜੀ ਕੀ ਹਾਲ ਚਾਲ ਹੈ, ਇਹ ਸਾਡਾ ਜੋ ਥੋੜ੍ਹਾ ਜਿਹਾ ਕੀ ਮਾਹੌਲ ਕੀ ਆ ਮੰਡੀ ਦੇ ਵਿੱਚ, ਲਿਫਟਿੰਗ ਲੁਫਟਿੰਗ ਹੋ ਰਹੀ, ਹਾਲਾਤ ਕੀ ਨੇ ਮੰਡੀ ਦੇ? ਲਿਫਟਿੰਗ ਦੇ ਹਾਲਾਤ ਥੋੜ੍ਹੇ ਜਿਹੇ ਮਾੜੇ ਨੇ, ਇੰਨੇ ਵਧੀਆ ਨਹੀਂ ਹਾਲਾਤ, ਪਰ ਫਿਰ ਵੀ ਅਸੀਂ ਬੇਨਤੀਆਂ ਕਰ ਸਕਦੇ ਹਾਂ ਅਫਸਰਾਂ ਨੂੰ, ਪ੍ਰਸ਼ਾਸਨ ਨੂੰ ਕਰੀ ਜਾਂਦੇ ਹਾਂ ਜੀ, ਥੋੜ੍ਹਾ ਮੋਟਾ ਚੱਲੀ ਜਾਂਦਾ ਕੰਮ। ਸਿਆਸਤ ਸੇਠ ਜੀ ਕੀ ਕਹਿੰਦੇ, ਤੁਹਾਡੀ ਸਮਾਈਲ ਬੜੀ ਮੈਨੂੰ ਨਜ਼ਰ ਆ ਰਹੀ ਹੈ, ਸਿਆਸਤ ਕੀ ਕਹਿੰਦੀ ਹੈ? ਸਿਆਸਤ ਚੱਲੀ ਜਾਂਦੀ ਹੈ ਆਪਣੀ ਜਗ੍ਹਾ ਤੇ, ਆਪਣੇ ਜਿੱਧਰਲੇ ਪਾਸੇ ਮਨ ਬਣਿਆ। ਕੀ ਮਾਹੌਲ ਕੀ ਆ ਮੰਡੀ 'ਚ, ਕੀ ਮਾਹੌਲ ਹੈ ਇੱਥੇ, ਕੀ ਮਾਹੌਲ ਹੈ ਇਸ ਜਗ੍ਹਾ ਦਾ? ਸਿਆਸਤ ਆ ਜੀ, ਸਿਆਸਤ ਦੇ ਵਿੱਚ ਰਲੀ ਮਰੀ ਕੰਮ ਹੈ ਸਾਰੇ, ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ। ਕੀ ਲੱਗਦਾ ਕਿਹੜੀ ਪਾਰਟੀ ਅੱਗੇ ਜਾਊਗੀ ਇੱਥੇ? ਨਹੀਂ ਇਸ ਬਾਰੇ ਕੁਛ ਨਹੀਂ ਪਤਾ, ਅਜੇ ਪਤੇ ਨਹੀਂ ਖੋਲਨੇ, ਨਹੀਂ ਅਜੇ ਕੁਛ ਪਤਾ ਹੀ ਨਹੀਂ। ਅਸੀਂ ਬਠਿੰਡਾ ਦੀ ਅਨਾਜ ਮੰਡੀ ਦੇ ਵਿੱਚ ਆ, ਅਨਾਜ ਮੰਡੀ ਦੇ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ, ਕਮਿਸ਼ਨ ਜੈਂਟ ਨੇ, ਆੜ੍ਹਤੀਏ ਨੇ, ਲੇਬਰ ਹੈ, ਆਪਦੀ ਆਪਦੀ ਰਾਏ ਹੈ। ਕੁਛ ਲੋਕ ਸਰਕਾਰਾਂ ਤੋਂ ਖੁਸ਼ ਨਜ਼ਰ ਆ ਰਹੇ ਨੇ, ਕੁਛ ਨਾਰਾਜ਼ ਨੇ, ਤੇ ਕੁਛ ਕਹਿੰਦੇ ਆ ਕਿ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੇ ਪ੍ਰਬੰਧ ਹੋਣੇ ਚਾਹੀਦੇ ਸੀ ਉਸ ਤਰ੍ਹਾਂ ਦੇ ਪ੍ਰਬੰਧ ਫਿਲਹਾਲ ਅਨਾਜ ਮੰਡੀ ਦੇ ਵਿੱਚ ਨਜ਼ਰ ਨਹੀਂ ਆ ਰਹੇ।